ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਤੇ ਭਰਾਵਾਂ ਤੋਂ ਦੋਸਤਾਂ ਲਈ ਮਿਹਨਤ ਕਾਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਨਾਜ਼ਰੀਨ ਲੈ ਕੇ ਹਾਜ਼ਰ ਹੁਣਾ। ਜਨਾਬ, ਮੇਰੇ ਬਣਿਆ ਭਰਾਵਾਂ ਦੋਸਤਾਂ ਵੀਰਾਂ ਨੇ ਕਿਹਾ ਸੀ ਕਿ ਜਵੇਦ ਬਾਈ ਗਵਾਲਣ ਹੋਵੇ, ਮਾਸ਼ਾਅੱਲਾ ਥੱਬੇ ਦਾ ਆਰਡਰ ਕੁਆਲਿਟੀ ਹੋਵੇ, ਮੁੱਠ ਮੁੱਠ ਦਾ ਤੇ ਰੋਗ ਰੋਗ ਦਾ ਥਾਣ ਹੋਵੇ, ਚੋਲਸਤਾਨੀ ਵਾਲਾ ਪਿਓਰ ਰੰਗ ਹੋਵੇ ਤੇ ਕਰਾਸ ਹੋਵੇ। ਅੱਜ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦਿਖਾਉਣ ਲੱਗਿਆ ਪਿਓਰ ਗਵਾਲਣਗਾ, ਚੋਲਸਤਾਨ ਦਾ ਮਾਸ਼ਾਅੱਲਾ ਕਰਾਸ, ਵਾਜ਼ਾ ਚੋਲਸਤਾਨੀ ਵਾਲਾ ਪ੍ਰਿੰਟ। ਇਹਦਾ ਜਨਾਬੇ ਲਈ ਪ੍ਰਿੰਟ 100 ਚੋਂ ਇੱਕ ਦੀ ਗਾਂ ਚੋਲਸਤਾਨੀ ਨੂੰ ਹੁੰਦਾ। ਔਰ ਮੇਰੇ ਵੀਰ ਦੇਖਦੇ ਪਏ ਨੇ ਗਾਂ ਦੀ ਝਾਲਰ, ਗਾਂ ਦਾ ਧੁੰਨ ਔਰ ਗਾਂ ਦਾ ਥਣ, ਗਾਂ ਦਾ ਆਰਡਰ ਕੁਆਲਿਟੀ ਪੋਡਾ ਪੋਡਾ ਜਨਾਬ ਸਿੰਘ। ਇਹ ਸਿੰਘ ਕੋਈ ਬਣਿਆ ਨਹੀਂ ਹੋਇਆ ਦੋਸਤੋ, ਦੂਜਣ ਵੈਡ ਰੀਜਨਲ ਨਿੱਕਾ ਨਿੱਕਾ ਸਿੰਘ, ਇਸ ਤੋਂ ਜ਼ਿਆਦਾ ਨਹੀਂ ਕਰੇਗੀ। ਇਹਨੂੰ ਕਿਹਾ ਜਾਂਦਾ ਪੋਡਾ ਪੋਡਾ ਸਿੰਘ ਔਰ ਚੋਲਸਤਾਨੀ, ਤੇ ਗਾਂ ਦੇ ਵਿੱਚ ਜਨਾਬੇ ਲਈ ਫਰੀਜ਼ਨ ਦਾ ਕਰਾਸ ਹੈ। ਵੈਡ ਮੇਰੇ ਵੀਰਾਂ ਨੇ ਪੂਰਾ ਤੱਕਣਾ ਹੈ ਮੱਲਾ ਦੇ ਫਜ਼ਲ ਤੇ ਕਰਮ ਦੇ ਨਾਲ। 5-7 ਲੱਖ ਦੀ ਮੱਝ ਲੈਣੇ ਨੇ, 5-7 ਲੱਖ ਦੀ ਗਾਂ ਲੈਣੇ ਨੇ, ਇਸ ਗਾਂ ਦੀਆਂ ਰੀਸਾਂ ਨਹੀਂ ਕਰੇਗੀ। ਗਰਮੀ ਸਰਦੀ ਦੀ ਦੋਸਤੋ ਸ਼ਹਜ਼ਾਦੀ ਹੈ, ਔਰ ਇਹਨਾਂ ਗਾਵਾਂ ਨੇ ਨਾ ਕਦੇ ਅੱਜ ਤੱਕ ਗਰਮੀ ਕੀਤੀ ਹੈ, ਨਾ ਕਰਮਾਲੀਆਂ ਨੇ ਅੱਜ ਤੱਕ ਸਰਦੀ ਕੀਤੀ ਹੈ। ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਪੂਰੀ ਦਿਖਾਉਣਗੇ, ਔਰ ਭਾਈ ਜਾਨ ਛੱਡ ਕੇ ਤੁਰਨ ਫਿਰ ਦਿਖਾਓ, ਵੀਰਾਂ ਭਰਾਵਾਂ ਦੋਸਤਾਂ ਨੂੰ ਪੂਰੀਆਂ ਤਸੱਲੀਆਂ ਕਰਾ ਦਿਓ। ਔਰ ਭਾਈ ਰਾਸ਼ਦ ਦੇ ਜਰਾਬੇ ਡੇਰੇ ਤੇ ਆਏ ਆ, ਭਾਈ ਰਾਸ਼ਦ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਜਾਨਵਰ ਮੈਂ ਦੇ ਕੁਝ ਚੰਦ ਦਿੱਤੇ ਨੇ, ਇੰਜ ਨਹੀਂ ਕਿ ਜ਼ਿਆਦਾ ਵਿੱਚ ਹੁਣ ਚੰਦ ਜਾਨਵਰ ਦਿੱਤੇ ਨੇ, ਜਿਹੜਾ ਇਹਦਾ ਜਾਨਵਰ ਦਿੱਤਾ ਅੱਲਾ ਦੇ ਫਜ਼ਲ ਨਾਲ, ਉਸ ਜਾਨਵਰਾਂ ਨੇ ਮੇਰਾ ਇੱਕ ਮਿਆਰ ਔਰ ਇੱਕ ਵਕਾਰ ਬਣਾਇਆ। ਅੱਲਾ ਦੇ ਕੋਲ ਇਨਸ਼ਾਅੱਲਾ ਤਾਲਾ ਵੈਣ ਤੱਕਣਾ, ਵੈਣ ਦੀ ਨਸਲ ਵੇਖਣੀ ਹੈ, ਔਰ ਵੈਣ ਨੂੰ ਪੂਰਾ ਮੇਰੇ ਵੀਰ ਭਰਾ ਦੋਸਤ ਦੇਖ ਲੈਣ। ਔਰ ਇੱਕ ਇੱਕ ਗੱਲ ਤੁਹਾਡੇ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ, ਵੈਣ ਤੇ ਖੂਨ ਪੇ ਤਮਾਸ਼ਾਅੱਲਾ ਬੜਾ, ਪੁੱਠੇ ਮੱਝਾਂ ਵਾਲੇ ਨਸਲ ਜ਼ਾਤ ਗਾਂ ਦੇ ਕੋਲੇ ਬੜੀ, ਔਰ ਮਾਸ਼ਾਅੱਲਾ ਥੱਬੇ ਦਾ ਦੋਸਤੋ ਆਰਡਰ ਕੁਆਲਿਟੀ, ਲੈਣੇ ਦੇਣੇ ਮੁਕੱਦਰ ਨੇ, ਸੌਦੇ ਦੋਸਤ ਨਸੀਬਾਂ ਦੇ ਨੇ। ਅੱਜ ਅੱਲਾ ਦੇ ਹੁਕਮ ਨਾਲ ਬੱਲੇ ਬੱਲੇ ਤੇ ਬਹਿ ਜਾ ਹੋ ਜਾਣੀ ਹੈ। ਵੈਣ ਦੀ ਨਸਲ ਨੂੰ ਵੇਖ ਕੇ ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਨੇ ਅੱਲਾ ਦੇ ਹੁਕਮ ਨਾਲ ਗਾਂ ਲੈ ਲੈਣੀ ਹੈ। ਇਸ ਗਾਂ ਤੋਂ ਜੇ ਜੀ ਮਰਜ਼ੀ ਬਰੀਡ ਕਰ ਸਕਦੇ ਲੈ ਸਕਦੇ ਆ। ਬ੍ਰਹਮਣ ਜਨਾਬੇ ਲਈ ਕੰਨ ਡਿੱਗੇ ਨੇ ਬੱਚੇ ਦੇ ਦੇਖ ਲੈਣ, ਬ੍ਰਹਮਣ ਜਨਾਬੇ ਲਈ ਬੱਚਾ ਦਿਖਾ ਦਿਓ ਕੈਮਰਾਮੈਨ ਸਾਹਿਬ, ਕੰਨ ਡਿੱਗੇ ਹੋਏ ਨੇ। ਇਹਨੂੰ ਕਿਹਾ ਜਾਂਦਾ ਬ੍ਰਹਮਣ ਜਨਾਬੇ, ਚੋਲਸਤਾਨੀ ਕਰਾਸ ਬੱਚਾ, ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਬੱਚਾ ਇਸ ਸੂਏ ਚ ਗਾਂ ਦੇ ਪੈਸੇ ਪੂਰੇ ਕਰੇਗਾ। ਗਾਂ ਅੱਜ ਸੂਈ ਨੂੰ ਜਨਾਬੇ ਲਈ ਤਿਆਰ, ਦੂਜਾ ਨਾ ਜੀ, ਦੂਜਾ ਦੇ ਨੇ ਜੀ ਬੱਚਾ। ਮਾਸ਼ਾਅੱਲਾ ਹੀ ਲੱਗਦਾ ਕਿ ਜਿਵੇਂ ਜਨਾਬੇ ਲਈ 15 ਦਿਨਾਂ ਦਾ, ਕਿਉਂਕਿ ਗਾਂ ਇਹਨਾਂ ਦਾ ਮਾਸ਼ਾਅੱਲਾ ਮੇਰੇ ਵੀਰਾਂ ਨੂੰ ਪਤਾ। ਛੱਡੋ ਜੀ, ਬ੍ਰਹਮਣ ਜਿਹੜਾ ਕਰਾਸ ਬੱਚਾ ਹੁੰਦਾ ਬਹੁਤ ਤਗੜਾ ਹੁੰਦਾ, ਲੋਲਾ ਬੱਚਾ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ। ਜਿਸ ਘਰ ਗਿਆ, ਜਿਸ ਮੇਰਾ ਵੀਰ ਜਿਹੜਾ ਲੈ ਗਿਆ, ਉਹ ਕਹੇਗਾ ਕਿ ਜਵੇਦ ਬਾਈ ਇਹ ਜੀ ਗਾਂ ਲੱਭ ਕੇ ਦਿਓ। ਪਰ ਇਹ ਜੀ ਗਾਂ ਦੋਸਤੋ ਰੋਜ਼ ਨਹੀਂ ਲੱਭਦੀ, ਮੈਂ ਆਪਣੇ ਵੀਰਾਂ ਦੱਸਾਂ, ਗਾਵਾਂ ਖੜੀਆਂ ਨੇ, ਹਰ ਬੂਹੇ ਖੜੀਆਂ ਨੇ, ਹਰ ਜਗ੍ਹਾ ਤੇ ਖੜੀਆਂ ਨੇ, ਹਰ ਜ਼ਿਲ੍ਹੇ 'ਚ ਖੜੀਆਂ ਨੇ, ਹਰ ਤਹਿਸੀਲ 'ਚ ਖੜੀਆਂ ਨੇ, ਹਰ ਜਨਾਬੇ ਡਿਵੀਜ਼ਨ 'ਚ ਖੜੀਆਂ ਨੇ। ਪਰ ਗਾਂ ਨੂੰ ਲੱਭਣਾ ਬਹੁਤ ਦੋਸਤੋ ਔਖਾ ਹੁੰਦਾ, ਗਾਂ ਦਾ ਬੱਚਾ ਜਿਹੜਾ ਜਨਾਬ ਉਹ ਲੱਭਦਾ ਮੁਕੱਦਰਾਂ ਅਤੇ ਨਸੀਬਾਂ ਨਾਲ। ਅੱਲਾ ਦੇ ਹੁਕਮ ਨਾਲ ਅੱਜ ਵੀਰਾਂ ਭਰਾਵਾਂ ਦੋਸਤਾਂ ਦੇ ਪੰਧ ਮੁਕਾ ਦੇਣੇ ਨੇ, ਅੱਜ ਸਬਰ ਮੁਕਾ ਦੇਣੇ ਨੇ, ਵੀਰਾਂ ਨੂੰ ਜਿਹੜੀ ਅੱਜ ਦੀ ਗਾਂ ਦਿਖਾਉਣ ਲੱਗੇ ਹਾਂ, ਇਨਸ਼ਾਅੱਲਾ ਤਾਲਾ ਇਹ ਜਾ ਪ੍ਰਿੰਟ, ਇਹ ਜਾ ਮਾਸ਼ਾਅੱਲਾ ਥਣ, ਇਹ ਜੀ ਵੈੜ, ਔਰ ਇਹ ਜਾ ਮਾਸ਼ਾਅੱਲਾ ਸੁਬਾ, ਔਰ ਮਾਸ਼ਾਅੱਲਾ ਦੁੱਧ। ਮੇਰੇ ਵੀਰਾਂ ਦੱਸਦਾ ਮੈਂ ਗਵਾਲਣੇ, ਅੱਲਾ ਦੇ ਹੁਕਮ ਨਾਲ ਦੁੱਧ ਵੀ ਸਫੈਦ ਚਿੱਟਾ ਹੋਏਗਾ ਅੱਜ ਦੀ ਡੇਟ 'ਚ। ਅੱਲਾ ਦੇ ਹੁਕਮ ਨਾਲ 2024 ਦੇ ਦੂਸਰੇ ਮਹੀਨੇ, ਤੀਸਰੇ ਮਹੀਨੇ ਤੱਕ ਗਾਂ ਹੈ ਜੀ ਦੋਸਤੋ ਨਸੀਬਾਂ ਨਾਲ ਦੇ ਸਕਦੀ ਹੈ, ਵਰਨਾ ਲਾਵੇਗਾ ਕੋਈ ਨਹੀਂ ਵੀਡੀਓ ਦੇ ਅੰਦਰ। ਔਰ ਜਨਾਬੇ ਲਈ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਮੂੰਹੋਂ ਜਨਾਬੇ ਲਈ 6 ਦੰਦ ਹੈ ਬਾਈ ਕਹਿੰਦਾ ਪਿਆ, ਔਰ ਥਣ ਗਾਂ ਦਾ ਬੜਾ ਚੰਗਾ, ਨਸਲੋ ਜ਼ਾਤੋਂ ਬਹੁਤ ਲਾਜਵਾਬ ਹੈ, ਲੈਣਾ ਦੇਣਾ ਮੁਕੱਦਰਾਂ ਦਾ ਹੈ ਵੀਰੋ, ਸੌਦਾ ਨਸੀਬਾਂ ਦਾ ਹੈ। ਵੈਣ ਨੂੰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਹੜਾ ਮੇਰਾ ਭਰਾ ਲੈ ਗਿਆ, ਆਪਦੇ ਵੀਰ ਨੂੰ ਦੁਆਵਾਂ 'ਚ ਯਾਦ ਕਰੇਗਾ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਲੈਣੇ ਦੇਣਾ ਮੁਕੱਦਰ ਨੇ, ਸੌਦੇ ਵੀਰੋ ਨਸੀਬਾਂ ਦੇ ਨੇ। ਜਵੇਦ ਬਾਈ ਵੈਡ ਦੀ ਚੋਇਸ ਚੈੱਕ ਕਰਨੀ ਹੈ, ਇਹੋ ਜਿਹੀ 1000 ਚੈੱਕ ਨੂੰ ਲੱਗੀ ਹੋਵੇਗੀ।
ਮਾਸ਼ਾਅੱਲਾ ਬਾਈ ਕਹਿੰਦਾ 1000 ਚ ਇੱਕ ਦਿਨ ਇਹਦੀ ਚੁਆਈ ਹੋਵੇਗੀ, ਪੂਰੀਆਂ ਤਸੱਲੀਆਂ ਕਰਾਉਂਦੇ ਪਏ ਆ, 5 ਦਿਨ ਬਾਲਟੀ ਮੂਧੀ ਕਰ ਲਿਆ ਜੋ, ਗਾਂ ਦਾ ਥਣ ਵੇਖ ਲੈਣ ਮੇਰੇ ਭਰਾ, ਗਾਂ ਆਏ ਜੀ ਮਾਸ਼ਾਅੱਲਾ ਨਸਲ ਵਾਲੀ, ਇੱਕ ਥਣ ਸਿੱਧਾ ਕਰ ਲੈਣ, ਮੈਂ ਆਪਣੇ ਭਰਾਵਾਂ ਦੱਸਾਂ ਤੇ 4 ਸਿਰ ਦੁੱਧ ਕੜਾ ਕੱਢ ਦੇਵੇ, ਇਹ ਗਵਾਲ ਨੇ ਕਰਾਚੀ ਵਾਲਿਆਂ ਤੋਂ ਲੈ ਕੇ ਪਿਸ਼ਾਵਰ ਵਾਲੇ ਮਨਸੇ ਰਈਆ ਨਹੀਂ ਕਿ ਮੇਰੇ ਪਾਕਿਸਤਾਨ ਚ ਵਸਦਾ ਕੋਈ ਵੀ ਮੇਰਾ ਭਰਾ ਗਵਾਲਣ ਗਾਂ ਖਰੀਦਣਾ ਚਾਹੁੰਦਾ। ਅੱਗੇ ਲੈ ਆਓ ਜੀ, ਅੱਗੇ ਪੂਲੇ ਪੈਂਦੇ ਪੈਣ ਦੋਸਤੋ, ਕੋਈ ਛੱਟ ਨਹੀਂ, ਕੋਈ ਫੁਆਰ ਨਹੀਂ, ਕੋਈ ਮਰੋੜ ਨਹੀਂ, ਸਰੂਰ ਆਣਗੇ। ਚੋਣ ਵਾਲਾ ਬੰਦਾ ਅੱਲਾ ਦੇ ਨਾਲ ਅੱਲਾ ਦੇ ਫਜ਼ਲ ਨਾਲ ਕਹੇਗਾ ਕਿ ਯਾਰ ਇਹ ਜੇ 40 ਗਾਂ ਵੀ ਚੋਣ ਵਾਲੀ ਹੋਵੇ ਤਾਂ ਮੈਂ ਜਵੇਦ ਬਾਈ 5 ਮਿੰਟਾਂ 'ਚ ਚੋ ਦਿਆਂ। ਪੀੜੀ ਦੇ ਪਾਵੇਂ ਰੰਗੇ ਥਾਂ ਇੱਕੋ ਬਰਾਬਰ ਚਾਰੋ, ਮਾਸ਼ਾਅੱਲਾ ਨਸਲਜ਼ਾਦ ਗਾਂ ਦੇ ਕੋਲੇ ਬੜੀ ਦੋਸਤੋ, ਔਰ ਮਾਸ਼ਾਅੱਲਾ ਬੜੀ ਕਮਾਲ ਦੀ ਵੈੜ ਲੈਣੇ ਦੇਣੇ ਦੋਸਤੋ ਮੁਕੱਦਰ ਨੇ, ਸੌਦੇ ਵੀ ਨਸੀਬਾਂ ਦੇ ਰਹਿ ਦੇਖਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹਿ ਜਾਓ ਜੀ, ਜਰਾ ਪੂਰੀਆਂ ਸਾਰੀਆਂ ਗੱਲਾਂ ਮੇਰੇ ਵੀਰਾਂ ਦੇ ਸਾਹਮਣੇ ਨੇ। ਭਾਈ ਜਾਨ ਕਮੀਜ਼ ਪਿਛਵਾ ਦੀ ਚੱਕ ਲਿਆ, ਇਹ ਖਰਾਬ ਨਾ ਹੋ ਜਾਵੇ। ਮਾਸ਼ਾਅੱਲਾ ਚੁਆ ਵੇਖ ਲੈਣ, ਬੜਾ ਕਮਾਲ ਦਾ ਮੱਛੀ ਆ। ਕੈਮਰਾਮੈਨ ਸਾਹਿਬ ਇੱਥੇ ਕੈਮਰਾ ਰੱਖਣਾ, ਔਰ ਹਰ ਗੱਲ ਵੀਰਾਂ ਦੋਸਤਾਂ ਦਿਖਾਉਂਦਾ ਰਹਿਣਾ, ਚੁਆ ਵੇਖਦੇ ਰਹਿਣ ਮੇਰੇ ਭਰਾ। ਜਨਾਬ ਟੋਟਲ ਮੇਰੇ ਵੀਰਾਂ ਸਾਹਮਣੇ ਚੁਆ ਤਸੱਲੀਆਂ ਕਰਾਉਂਦਾ ਪਿਆ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ, ਇਨਸ਼ਾਅੱਲਾ ਤਾਲਾ ਜਿਹੜਾ ਮੇਰਾ ਭਰਾ ਲੈ ਗਿਆ ਦੁਆਵਾਂ 'ਚ ਯਾਦ ਕਰੇਗਾ, ਔਰ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ, ਔਰ ਹਰ ਗੱਲ ਮੇਰੇ ਵੀਰਾਂ ਦੇਖ ਲੈਣੀ। ਵੇਦ ਬਾਈ ਆ ਜਾ ਚੁਆ, ਇੰਨਾ ਦੁੱਧ ਗਾਂ ਘੱਟ ਮਾਰੇਗੀ। ਮਾਸ਼ਾਅੱਲਾ ਬਾਈ ਕਹਿੰਦਾ ਚੁਆ ਬੜਾ ਲਾਜਵਾਬ ਹੈ, ਔਰ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਚੁਆ ਵੇਖ ਲੈਣ ਮੇਰੇ ਭਰਾ, ਅੱਲਾ ਉਹਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਨੇ ਦੋਸਤ। ਮਾਸ਼ਾਅੱਲਾ ਬਹੁਤ ਕਮਾਲ ਦਾ ਚੁਆ ਹੈ ਦੋਸਤੋ, ਬਾਲਟੀ ਮੇਰੇ ਵੀਰਾਂ ਸਾਹਮਣੇ, ਔਰ ਜਨਾਬੇ ਲਈ ਹਰ ਗੱਲ ਵੀਰਾਂ ਦੋਸਤਾਂ ਦਿਖਾ ਦੇ। ਲਓ ਜੀ ਬਾਲਟੀ ਬਦਲੋ, ਪੈ ਚੁਆ ਵੇਖਦੇ ਪੈਣ ਮੇਰੇ ਭਰਾ, ਬੜਾ ਪਿਆਰਾ ਚੁਆ ਬੈਠਦਾ, ਅਸੀਲ ਸੌ ਦੋਸਤੋ, ਹਰ ਗੱਲ ਦੀ ਗਰੰਟੀਆਂ ਹੋਣਗੀਆਂ। ਜਾਨਵਰ ਮੇਰੇ ਵੀਰਾਂ ਨੂੰ ਪਤਾ ਕਿ ਜਦੋਂ ਬੋਲੀਦਾ ਜਿਹੜਾ ਘਰੇਲੂ ਜਾਂ ਗਵਾਲ ਦਾ ਜਾਂ ਜਨਾਬਿਆਂ ਦੇ ਬਾਹਰ ਛੇੜਦਾ ਹੁੰਦਾ, ਉਹ ਡਰਦਾ ਕਿ ਪਤਾ ਨਹੀਂ ਕੀ ਬੋਲਦਾ ਪਿਆ, ਕੀ ਆਉਂਦਾ ਪਿਆ। ਨਾਲੇ ਜਦੋਂ ਇਹ ਗਾਵਾਂ ਜਿਹੜੀਆਂ ਕੱਚੀਆਂ ਸੂਈਆਂ ਹੁੰਦੀਆਂ ਨੇ ਇੱਕ ਅੱਧਾ ਦਿਨ, ਇਹ ਫਿਰ ਬੱਚੇ ਦਾ ਬੜਾ ਤੇਮ ਉਹ ਕਰਦੀਆਂ ਨੇ, ਉਹ ਕਹਿੰਦੀਆਂ ਕਿ ਸਾਡੇ ਬੱਚੇ ਨੂੰ ਪਤਾ ਨਹੀਂ ਮੈਂ ਬੋਲਣਾ, ਜਦੋਂ ਬੋਲਣਾ ਸ਼ੁਰੂ ਕਰਨਾ ਉਦੋਂ ਡਰਦੀ ਹੈ, ਔਰ ਬੋਲਾਂਗਾ ਨਹੀਂ, ਕਮੈਂਟਰੀ ਨਹੀਂ ਕਰਾਂਗਾ। ਮੇਰੇ ਵੀਰ ਚੁਆ ਛੁਆ ਵੇਖ ਲੈਣ, ਹਰ ਗੱਲ ਤੁਹਾਡੀ ਨਜ਼ਰ ਦੇ ਸਾਹਮਣੇ।
ਮਾਸ਼ਾਅੱਲਾ ਲਾਜਵਾਬ ਚਵਾਬ ਪੂਲੇ ਪੈਂਦੇ ਪਏ ਨੇ ਬਾਈ ਛੱਡ ਦੇ ਬੱਚੇ ਨੂੰ ਜ਼ਿਆਦਾ ਜਵੇਦ ਬਾਈ ਦੋ ਫਿਰ ਵੀ ਛੱਡ ਦੇ ਅੰਦਰ ਵੇਖੋ ਬਾ ਕੋਈ ਗੱਲ ਨਹੀਂ ਬੱਚੇ ਨੂੰ ਰੱਜਣ ਦੇ ਐ ਜਨਾਬ ਮੇਰੇ ਵੀਰ ਬੰਖੜਾ ਰਹਿ ਬਾਈ ਕਹਿੰਦਾ ਉਹ ਲੈ ਆ ਯਾਰ ਐ ਜਨਾਬ ਚਵਾਬ ਮੇਰੇ ਵੀਰਾਂ ਸਾਹਮਣੇ ਹੋ ਗਿਆ ਔਰ ਜਨਾਬ ਇਹਦੀ ਗੱਡੀਆਂ ਮਾਰਾਂਗੇ ਮਿਣ ਕੇ ਅੱਲਾ ਦੇ ਹੁਕਮਾਂ ਵੀਰਾਂ ਨੂੰ ਖਾਵਾਂਗੇ ਦੋ ਦੇ ਦੇ ਪੈਣ ਸਫੈਦ ਚਿੱਟਾ ਤੇ ਗਾੜਾ ਵੇਖਣ ਸੰਘਣਾ ਵੇਖਣ ਕਿੱਲਾ ਮਾਸ਼ਾਅੱਲਾ ਹਾਲੇ ਬੋਲਾ ਹੀ ਹੈ ਦੋਸਤੋ ਬੋਲੇ ਦੇ ਵਿੱਚ ਜਨਾਬੇ ਲਈ ਦੁੱਧ ਪੀਲਾ ਨਹੀਂ ਹੈ ਦੋਸਤੋ ਮਾਸ਼ਾਅੱਲਾ ਮੱਝਾਂ ਰੰਗਾ ਦੁੱਧ ਹੈ ਮੈਂ ਆਪਣੇ ਭਰਾਵਾਂ ਦੱਸਾਂ ਜਿਹੜਾ ਵਪਾਰੀ ਹਜ਼ਰਾਤ ਹੁੰਦੇ ਨੇ ਉਹਨਾਂ ਕੋਲ ਹੁੰਦਾ ਜਾਨਵਰ ਚਾਰ ਪੰਜ ਦਿਨ ਪੁਰਾਣਾ ਉਹਨੇ ਟਿਕਾ ਕੇ ਖਿਦਮਤ ਕਰਨੀ ਹੁੰਦੀ ਦੋਸਤੋ ਅੱਲਾ ਦੇ ਹੁਕਮ ਨਾਲ ਇਹਦੀ ਗਾਂ ਨੂੰ ਟਿਕਾ ਕੇ ਮੇਰਾ ਜਿਹੜਾ ਵੀਰ ਕਰੇਗਾ ਪੂਰੀ ਕੇਅਰ ਕਰੇਗਾ ਅੱਲਾ ਦੇ ਹੁਕਮ ਨਾਲ ਜਿੰਨਾ ਦਿਲ ਕਰੇਗਾ ਇਸ ਗਾਂ ਕੋ ਝੋਲ ਹੈ ਦੋਸਤ ਲਿਆਓ ਭਾਈ ਜਾਨ ਮਾਸ਼ਾਅੱਲਾ 2 ਮਾਸ਼ਾਅੱਲਾ 3 ਮਾਸ਼ਾਅੱਲਾ 4 ਮਾਸ਼ਾਅੱਲਾ 5 ਮਾਸ਼ਾਅੱਲਾ 6 ਮਾਸ਼ਾਅੱਲਾ 7 ਮਾਸ਼ਾਅੱਲਾ 8 ਮਾਸ਼ਾਅੱਲਾ 9 ਮਾਸ਼ਾਅੱਲਾ 10 ਮਾਸ਼ਾਅੱਲਾ 11 ਮਾਸ਼ਾਅੱਲਾ 12 ਮਾਸ਼ਾਅੱਲਾ 12 ਦੋਸਤ ਮਾਸ਼ਾਅੱਲਾ 12 ਇਹ ਵੀਰੋ 12 ਬਾਰਾਂ ਕਿਲੋ ਦੁੱਧ ਮੇਰੇ ਵੀਰਾਂ ਦੋਸਤ ਸਾਹਮਣੇ ਹੈ ਔਰ ਹਾਲੇ ਵੀ ਥੜਾ ਥੜਾ ਹੈ ਤੇ ਹਰ ਗੱਲ ਮੇਰੇ ਵੀਰ ਭਰਾ ਦੋਸਤ ਵੇਖ ਲੈ ਤਸੱਲੀਆਂ ਕਰਾ ਦੇ ਮਾਸ਼ਾਅੱਲਾ ਚਵਾਵ ਲੈ ਬਾ ਕੋਈ ਨਹੀਂ ਯਾਰ ਬੱਚੇ ਚੁੰਗਣ ਦੇ ਬਸ 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 ਮਾਸ਼ਾਅੱਲਾ ਸਾਰੀ ਗੱਲ ਮੇਰੇ ਵੀਰਾਂ ਦੇਖ ਲਈ ਹੈ ਸਾਰੀਆਂ ਗੱਲਾਂ ਬਾਕੀ ਭਾਈ ਰਾਸ਼ਦ ਨਾਲ ਹੋ ਜਾਣਗੀਆਂ ਅਸਲਾਮ ਵਾਲੇਕੁਮ ਭਾਈ ਭਾਈ ਰਾਸ਼ਦ ਬੈਠ ਤੇ ਨਹੀਂ ਵਿਖਾ ਦਿੱਤੀ ਹੈ ਵੀਰਾਂ ਦੋਸਤਾਂ ਨੂੰ ਪੂਰੀ ਤਸੱਲੀ ਕਰਾ ਦਿੱਤੀ ਬਾਕੀ ਵਿਕਣਾ ਨਸੀਬ ਏ ਲੈਣਾ ਉਹਨੇ ਜਿਹਦੇ ਮੁਕੱਦਰਾਂ ਚ ਦੁੱਧ ਪੀਣਾ ਇਹਦਾ ਉਹਨੇ ਜਿਹਦੇ ਮੇਰੇ ਵੀਰਾਂ ਦੇ ਨਸੀਬਾਂ ਚ ਇਹ ਭਰਾ ਨੇ ਦੱਸਣਾ ਕਿ ਗਾਂ ਆਪਣੀ ਦਾ ਸੂਆ ਕਿੰਨਾ ਭਾਈਆਂ ਨੇ ਓਰੀਜਨਲ ਦੂਸਰਾ ਸੂਆ ਅੱਛਾ ਓਰੀਜਨਲ ਦੂਸਰਾ ਸੂਆ ਹਾਂਜੀ ਮੂੰਹ ਚ 4 ਦੰਦ ਦੇ ਲੇਕਿਨ ਛੀਕ ਵਾਲਾ ਇੱਕ ਛੱਡ ਦਿੱਤਾ ਮੂੰਹ 4 ਦੰਦ ਛੀਕ ਵਾਲਾ ਲੇ ਛਿੱਗੀ ਹੋ ਰਹੀ ਹੈ ਅੱਛਾ ਛਿੱਗੀ ਹੁੰਦੀ ਪਈ ਐਵੇਂ ਪੂਰੀ ਮੁਕੰਮਲ ਨਹੀਂ ਹੋਈ ਨਹੀਂ ਹੋਈ ਮੁਕੰਮਲ ਠੀਕ ਹੋ ਗਿਆ ਗਾਂ ਦਾ ਸੂਆ ਕਿੰਨਾ ਜੀ ਦੂਸਰਾ ਹੈ ਜੀ ਦੂਸਰਾ ਹੈ ਠੀਕ ਹੋ ਗਿਆ ਭਾਈ ਜਾਨ ਹੁਣ ਚੋਇਆ ਆਪਾਂ ਗਰਮ ਦੁੱਧ 12 ਲੀਟਰ ਚ ਯਾਨੀ ਕਿ ਸਾਡਾ 12 ਲੀਟਰ ਹਾਂਜੀ ਪੱਕਾ ਦੁੱਧ ਆਪਣੀ ਗਾਂ ਕੋਲੇ ਪਿਆਰ ਮੁਹੱਬਤ ਉਹ ਦੱਸਣਾ ਕਿ ਜਿਹੜਾ ਆਪਣੇ ਦੁੱਧ ਜ਼ਿਆਦਾ ਹੈ ਲੇਕਿਨ ਮੇਰੀ ਜਵੇਦ ਬਾਈ ਗਰੰਟੀ 20 ਲੀਟਰ ਦੀ 20 ਲੀਟਰ ਦੀ ਆਪਣੀ ਗਰੰਟੀ ਭਰਾਵਾਂ ਨੂੰ ਦੁੱਧ ਜ਼ਿਆਦਾ ਹੈ ਲੇਕਿਨ 20 ਲੀਟਰ ਦੀ ਮੈਂ ਗਰੰਟੀ ਦੇ ਠੀਕ ਹੋ ਗਿਆ 20 ਲੀਟਰ ਦੀ ਭਰਾਵਾਂ ਨੂੰ ਆਪਣੀ ਗਰੰਟੀ ਹੈ ਤੇ 20 ਲੀਟਰ ਦੀ ਗਰੰਟੀ ਹੋ ਗਈ ਭਾਈ ਜਾਨ ਸੁਣ ਕਿੰਨਾ ਦੇਣਾ ਜੀ ਅੱਜ ਦੂਸਰਾ ਦਿਨ ਵੰਡਾ ਕਿੰਨਾ ਪਾਉਂਦੇ ਪਏ ਜਿੰਨਾ ਵੰਡਾ ਪਾਉਂਦੇ ਪਏ ਭਰਾਵਾਂ ਨੂੰ ਉਹਨਾਂ ਹੀ ਦੱਸਣਾ ਜੀ 2.5 ਕਿਲੋ ਨਾਲ ਟਾਈਮ ਦਾ ਸਿਨ ਵੰਡਾ ਖਵਾ ਯਾਨੀ ਕਿ 5 ਸਿਰ ਵੰਡਾ ਪਾਉਂਦੇ ਪਏ ਹਾਂਜੀ 5 ਕਿਲੋ ਵੰਡਾ ਕਿਹੜਾ ਵੰਡਾ ਭਰਾਵਾਂ ਦਾ ਮਾਸਟਰ ਵੰਡਾ ਪਾਉਂਦੇ ਪਏ ਭਾਈ ਜਾਨ ਗੱਲ ਇਹ ਕਿ ਸਾਰੀ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਆ ਗਈ ਮੁੱਲ ਆਪਾ ਦੀ ਗਾਂ ਦਾ ਪਿੱਛੇ ਦੀ ਜੇਰ ਦੀ ਚੁੰਗਣ ਦੀ ਅਸੀਂ ਹਰ ਚੀਜ਼ ਦੀ ਵੀਰ ਦੀ ਗਰੰਟੀ ਮਿਲੇਗੀ ਕਿਸੇ ਕਿਸਮ ਦਾ ਨੁਕਸਾਨ ਨਿਕਲੇ ਜੀ ਜੀ ਅੱਗੇ ਵੀ ਤੁਸੀਂ ਸਾਡੀਆਂ ਗਾਵਾਂ 2-3 ਵਾਰੀ ਵੇਚੀਆਂ ਨੇ ਬਿਲਕੁਲ ਜੀ ਲਾਭਾ ਨਹੀਂ ਆਏਗਾ ਬਿਲਕੁਲ ਨਹੀਂ ਆਏਗਾ ਅੱਛਾ ਭਾਈ ਜਾਨ ਪਿਆਰ ਮੁਹੱਬਤ ਵਾਲੀ ਗੱਲ ਕਰ ਦਿਓ ਜਿੰਨੇ ਦੀ ਆਪਾਂ ਭਰਾਵਾਂ ਨੂੰ ਗਾਂ ਦੇ ਦੇਣ ਗਾਂ ਤੇ ਜਵੇਦ ਬਾਈ ਮੇਰੇ 3 ਲੱਖ ਦੀ ਅੱਛਾ ਜੀ ਤੇ ਆਪਾਂ 2,90,000 ਦੀ ਗਾਂ 2,90,000 ਦੀ ਦੇ ਦੇਣੀ
290 ਦੇ ਵਿੱਚੋਂ ਵੀ ਪਿਆਰ ਮੁਹੱਬਤ ਸ਼ਫਕਤ ਇਨਸ਼ਾਅੱਲਾ ਕਰਾਂਗੇ ਜਨਾਬ, ਠੀਕ ਹੋ ਗਿਆ ਜਨਾਬ। 2,90,000 ਰੁਪਏ ਬਾਈ ਨੇ ਰੇਟ ਕੀਤਾ ਪਿਆਰ ਮੁਹੱਬਤ ਸ਼ਫਕਤ ਇਹਦੇ ਵਿੱਚ ਮੌਜੂਦ ਹੈ। ਗਾਂ ਪੂਰਾ ਤੱਕ ਲੈਣਾ, ਵੇਖ ਲੈਣਾ, ਗਾਂ ਦੇ ਪ੍ਰਿੰਟ ਤੋਂ ਲੈ ਕੇ ਥਣ ਤੋਂ ਲੈ ਕੇ ਗਾਂ ਦੇ ਧੁੰਨ ਤੋਂ ਲੈ ਕੇ ਗਾਂ ਦੇ ਸਿਰ ਤੱਕ, ਸਿਰ ਤੋਂ ਲੈ ਕੇ ਜਨਾਬ ਚੁਆ ਤੱਕ, ਦੁੱਧ ਤੱਕ, ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਅੱਗੇ ਰੱਖ ਦਿੱਤੀ ਹੈ। ਬਾਕੀ ਲੈਣੇ ਦੇ ਮੁਕੱਦਰ ਨੇ, ਸੌਦੇ ਨਸੀਬਾਂ ਦੇ ਨੇ। ਜਿੱਥੇ ਅੱਲਾਹ ਤਾਲਾ ਨੇ ਇਸ ਗਾਏ ਦਾ ਦਾਣਾ ਪਾਣੀ ਲਿਖਿਆ, ਜਾਂ ਜਿਸ ਵੀਰ ਦੇ ਬੱਚਿਆਂ ਨੇ ਪੀਣੀ, ਜਾਂ ਭੈਣਾਂ ਭਰਾਵਾਂ ਤੇ ਜਿਹਨਾਂ ਨੇ ਚੁੰਘਣੀ ਨਸੀਬ, ਉਹਨਾਂ 'ਚ ਹੀ ਹੋਣੀ ਹੈ। ਬਾਕੀ ਅਸੀਂ ਆਪਣੀ ਡਿਟੇਲ ਪੂਰੀ ਦੇ ਦਿੱਤੀ ਹੈ ਅੱਜ ਦੀ ਵੀਡੀਓ ਨਾਲ। ਆਪਣੇ ਮੇਜ਼ਬਾਨ ਮੁਹੰਮਦ ਜੁਵੇਰ ਨੂੰ ਦਿਨ ਜਾਸ ਤਾਲਾ ਨਿਗਮ ਪਾਕਿਸਤਾਨ ਜ਼ਿੰਦਾਬਾਦ।